ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਬੱਚੋ, ਉਰੇ ਆਪਣਾ ਕੁਐਸਚਨ ਹੈਗਾ, ਇਫ ਏ ਮੈਟ੍ਰਿਕਸ ਆਪਾਂ ਨੂੰ ਦਿੱਤਾ ਹੋਇਆ ਹੈ, ਜਿਹਦੀ ਆ ਕੀ ਹੈ ਰੋ 1, ਆ ਰੋ 2, ਅਤੇ ਇੱਕ ਆਪਾਂ ਨੂੰ ਬੀ ਮੈਟ੍ਰਿਕਸ ਦਿੱਤਾ ਹੋਇਆ ਹੈ, ਆ ਉਹਦੀ ਰੋ 1 ਹੋਗੀ, ਆ ਰੋ 2 ਹੋਗੀ। ਵੈਰੀਫਾਈ ਦੈਟ ਏ ਪਲੱਸ ਬੀ ਦਾ ਟਰਾਂਸਪੋਜ, ਏ ਪਲੱਸ ਬੀ ਹੋਲ ਦਾ ਟਰਾਂਸਪੋਜ ਇਜ਼ ਇਕੁਅਲਸ ਟੂ, ਕਿਹਦੇ ਇਕੁਅਲ ਹੈ, ਏ ਟਰਾਂਸਪੋਜ ਪਲੱਸ ਬੀ ਦਾ ਟਰਾਂਸਪੋਜ। ਆਪਾਂ ਪਰੂਫ ਕਰਨੇ ਕਿ ਇਹ ਦੋਨੋਂ ਕੀ ਹੈ, ਬਰਾਬਰ ਹੈ। ਠੀਕ ਹੈ, ਉਹ ਆਪਾਂ ਕਿਵੇਂ ਪਰੂਫ ਕਰਾਂਗੇ, ਲੈਫਟ ਹੈਂਡ ਸਾਈਡ, ਰਾਈਟ ਹੈਂਡ ਸਾਈਡ ਲੈ ਕੇ। ਸਭ ਤੋਂ ਪਹਿਲਾਂ ਆਪਾਂ ਏ ਨੂੰ ਚੰਗੀ ਤਰ੍ਹਾਂ ਅਰੇਂਜ ਕਰਕੇ ਲਿਖ ਲੈਂਦੇ ਹਾਂ ਕਿ ਜਿਹੜਾ ਏ ਮੈਟ੍ਰਿਕਸ ਹੈ ਉਹਨੂੰ ਕਿਵੇਂ ਲਿਖ ਸਕਦੇ ਹਾਂ ਆਪਾਂ। ਆ ਕੀ ਹੈ ਆਪਣੀ ਰੋ 1, ਤਾਂ ਹੋ ਗਿਆ 3 ਅੰਡਰ ਰੂਟ 3, 2 ਇਹ ਹੋ ਗਈ ਆਪਣੀ ਰੋ 2, ਤਾਂ ਇਹਨੂੰ ਆਪਾਂ ਲਿਖ ਲਾਂਗੇ 4 2 0। ਠੀਕ ਹੈ, ਅਤੇ ਜਿਹੜਾ ਆਪਣਾ ਬੀ ਮੈਟ੍ਰਿਕਸ ਹੈ ਉਹ ਆਪਾਂ ਨੂੰ ਕੀ ਦਿੱਤਾ ਹੋਇਆ, ਉਹ ਆਪਾਂ ਨੂੰ ਦਿੱਤਾ ਹੋਇਆ 2 1 ਮਾਈਨਸ 1 2 2 4। ਠੀਕ ਹੈ, ਇਹ ਦਿੱਤਾ ਹੋਇਆ ਆਪਾਂ ਨੂੰ ਬੀ ਮੈਟ੍ਰਿਕਸ। ਹੁਣ ਆਪਾਂ ਲੈਫਟ ਹੈਂਡ ਸਾਈਡ, ਰਾਈਟ ਹੈਂਡ ਸਾਈਡ ਲੈ ਕੇ ਸੋਲਵ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਲੈਫਟ ਹੈਂਡ ਸਾਈਡ ਲਵਾਂਗੇ। ਠੀਕ ਹੈ, ਲੈਫਟ ਹੈਂਡ ਸਾਈਡ ਦੇ ਵਿੱਚ ਦੇਖੋ ਆਪਾਂ ਨੂੰ ਕੀ ਚਾਹੀਦਾ, ਆਪਾਂ ਏ ਪਲੱਸ ਬੀ ਹੋਲ ਦਾ ਟਰਾਂਸਪੋਜ਼ ਲੈਣਾ। ਉਹਦੇ ਲਈ ਪਹਿਲਾਂ ਆਪਾਂ ਏ ਪਲੱਸ ਬੀ ਸੋਲਵ ਕਰ ਲਈਏ, ਪਹਿਲਾਂ ਆਪਾਂ ਏ ਪਲੱਸ ਬੀ ਸੋਲਵ ਕਰ ਲਈਏ। ਅਤੇ ਜਦੋਂ ਦੋ ਮੈਟ੍ਰਿਸਿਸ ਨੂੰ ਆਪਾਂ ਪਲੱਸ ਕਰਦੇ ਹਾਂ ਉਦੋਂ ਪੋਜੀਸ਼ਨ ਦੇ ਅਕੋਰਡਿੰਗ ਹੁੰਦੇ ਆ, ਏ 1 1 ਏ 1 1 ਦੇ ਵਿੱਚ ਹੁੰਦਾ, ਤਾਂ ਇਹ ਕੀ ਬਣ ਗਿਆ, 3 + 2। ਠੀਕ ਹੈ, ਅੱਗੇ ਆ ਗਿਆ ਅੰਡਰ ਰੂਟ 3 ਪਲੱਸ ਮਾਈਨਸ ਮਾਈਨਸ ਹੋ ਗਿਆ ਅੰਡਰ ਰੂਟ 3 ਮਾਈਨਸ 1। ਠੀਕ ਹੈ, ਅੱਗੇ ਆ ਗਿਆ ਆਪਣੇ ਕੋਲ 2 + 2, ਉਸ ਤੋਂ ਬਾਅਦ 4 + 1, 2 + 2, 0 + 4। ਠੀਕ ਹੈ, ਹੁਣ ਜਦ ਇਹਨੂੰ ਆਪਾਂ ਸੋਲਵ ਕਰਾਂਗੇ ਤਾਂ ਇਹ ਆਪਣੇ ਕੋਲ ਕਿਆ ਬਣੇਗਾ, ਇਹ ਆ ਗਿਆ ਆਪਣੇ ਕੋਲ 5, ਇਹ ਵੀ ਆ ਗਿਆ 5, ਅੰਡਰ ਰੂਟ 3 ਮਾਈਨਸ 1 4 4 4। ਠੀਕ ਹੈ, ਹੁਣ ਆਪਾਂ ਲੈਣਾ ਏ ਪਲੱਸ ਬੀ ਦਾ ਹੋਲ ਸਕੇਅਰ, ਏ ਪਲੱਸ ਬੀ ਦਾ ਹੋਲ ਸਕੇਅਰ, ਏ ਪਲੱਸ ਬੀ ਦਾ ਸੋਰੀ ਹੋਲ ਟਰਾਂਸਪੋਜ਼, ਸਕੇਅਰ ਨਹੀਂ ਟਰਾਂਸਪੋਜ਼, ਏ ਪਲੱਸ ਬੀ ਦਾ ਹੋਲ ਟਰਾਂਸਪੋਜ਼। ਠੀਕ ਹੈ, ਤਾਂ ਉਹ ਕਿਹਦੇ ਇਕੁਅਲ ਹੋ ਜਾਏਗਾ, 5 5 ਅੰਡਰ ਰੂਟ 3 ਮਾਈਨਸ 1 4 4 ਦਾ ਟਰਾਂਸਪੋਜ਼। ਅਤੇ ਟਰਾਂਸਪੋਜ਼ ਦੀ ਕੀ ਡੈਫੀਨੇਸ਼ਨ ਹੁੰਦੀ ਹੈ, ਰੋ ਨੂੰ ਕੋਲਮ 'ਚ ਕਨਵਰਟ ਕਰ ਦਿਉ, ਕੋਲਮ ਨੂੰ ਰੋ ਦੇ ਵਿੱਚ। ਠੀਕ ਹੈ, ਜਿਹੜੀ ਆਪਾਂ ਨੂੰ ਫਸਟ ਰੋ ਦਿੱਤੀ ਹੋਈ ਹੈ ਉਹਦਾ ਆਪਾਂ ਫਸਟ ਕੋਲਮ ਬਣਾ ਦਿੰਦੇ ਹਾਂ, ਇਹ ਆਪਣੀ ਫਸਟ ਰੋ ਹੈ, ਫਸਟ ਕੋਲਮ ਬਣ ਜਾਏਗਾ, ਉਹ ਕੀ ਆ ਜਾਏਗਾ, 5 ਅੰਡਰ ਰੂਟ 3 ਮਾਈਨਸ 1 4। ਹੁਣ ਸੈਕਿੰਡ ਰੋ ਨੂੰ ਸੈਕਿੰਡ ਕੋਲਮ ਬਣਾ ਤਾ, 5 4 4, ਇਹ ਹੋ ਗਈ ਆਪਣੀ ਲੈਫਟ ਹੈਂਡ ਸਾਈਡ ਸੋਲਵ। ਠੀਕ ਹੈ, ਹੁਣ ਆਪਾਂ ਕਰਦੇ ਹਾਂ ਆਪਣੀ ਰਾਈਟ ਹੈਂਡ ਸਾਈਡ ਸੋਲਵ, ਰਾਈਟ ਹੈਂਡ ਸਾਈਡ। ਠੀਕ ਹੈ, ਰਾਈਟ ਹੈਂਡ ਸਾਈਡ ਲਈ ਆਪਾਂ ਨੂੰ ਕੀ ਚਾਹੀਦਾ, ਦੇਖੋ ਰਾਈਟ ਹੈਂਡ ਸਾਈਡ ਉਹਨਾਂ ਨੇ ਕੀ ਕਿਹਾ ਹੋਇਆ, ਏ ਦਾ ਟਰਾਂਸਪੋਜ਼ ਪਲੱਸ ਬੀ ਦਾ ਟਰਾਂਸਪੋਜ਼। ਪਹਿਲਾਂ ਆਪਾਂ ਏ ਅਤੇ ਬੀ ਦਾ ਟਰਾਂਸਪੋਜ਼ ਲੈ ਲਈਏ ਅਲੱਗ ਅਲੱਗ। ਠੀਕ ਹੈ, ਪਹਿਲਾਂ ਆਪਾਂ ਲਵਾਂਗੇ ਏ ਟਰਾਂਸਪੋਜ਼, ਉਹ ਕਿਹਦੇ ਇਕੁਅਲ ਆਏਗਾ, ਦੇਖੋ ਪਹਿਲਾਂ ਆਪਾਂ ਏ ਲਿਖ ਲੈਂਦੇ ਹਾਂ, 3 4 3 4 ਅੰਡਰ ਰੂਟ 3 2 2 0। ਠੀਕ ਹੈ, ਆ ਹੋ ਗਿਆ ਆਪਣਾ ਏ, ਇਹਦਾ ਆਪਾਂ ਲਿੱਤਾ ਟਰਾਂਸਪੋਜ਼। ਹੁਣ ਜਦੋਂ ਇਹਦਾ ਟਰਾਂਸਪੋਜ਼ ਲਿੱਤਾ ਤਾਂ ਇਹਨੇ ਕੀ ਬਣ ਜਾਣਾ, ਰੋ 1 ਨੇ ਕੀ ਬਣ ਜਾਣਾ, ਕੋਲਮ 1, ਤਾਂ ਉਹ ਕੀ ਬਣ ਗਿਆ, 3 √3 2, ਇਹਨੇ ਕੀ ਬਣ ਜਾਣਾ, ਕੋਲਮ 2 4 2 0, ਇਹ ਹੋ ਗਿਆ ਆਪਣਾ ਏ ਟਰਾਂਸਪੋਜ਼। ਠੀਕ ਹੈ, ਹੁਣ ਨੈਕਸਟ ਆਪਾਂ ਲੈਣਾ ਬੀ ਟਰਾਂਸਪੋਜ਼। ਠੀਕ ਹੈ, ਹੁਣ ਆਪਾਂ ਲੈਂਦੇ ਹਾਂ ਬੀ ਟਰਾਂਸਪੋਜ਼, ਪਹਿਲਾਂ ਆਪਾਂ ਬੀ ਮੈਟ੍ਰਿਕਸ ਲਿਖਦੇ ਹਾਂ। ਬੀ ਮੈਟ੍ਰਿਕਸ ਆਪਾਂ ਨੂੰ ਕੀ ਦਿੱਤਾ ਹੋਇਆ, 2 - 1 2 2 - 1 2, ਉਸ ਤੋਂ ਬਾਅਦ ਰੋ 2 ਹੈ 1 2 4 1 2 4, ਇਹਦਾ ਲੈਣਾ ਆਪਾਂ ਟਰਾਂਸਪੋਜ਼। ਤਾਂ ਉਸੇ ਤਰ੍ਹਾਂ ਰੋ 1 ਨੂੰ ਆਪਾਂ ਕਿਹਦੇ ਵਿੱਚ ਬਦਲ ਦਾਂਗੇ, ਕੋਲਮ 1 ਦੇ ਵਿੱਚ। ਠੀਕ ਹੈ, ਉਹ ਕੀ ਬਣ ਜਾਏਗਾ, 2 - 1 2 1 2 4,
हूँ अपने को ए ट्रांसपोज से बी ट्रांसपोज आ गया, हूँ आप करना की है आप इन्हों दोनों का की लेना है प्लस, आप लेना है ए ट्रांसपोज प्लस बी ट्रांसपोज। ठीक है हम लिख लेने आप ए ट्रांसपोज अपने को आया थ्री अंडर रूट थ्री टू, थ्री अंडर रूट थ्री टू, तो दूसरा कॉलम हैगा फोर टू जीरो, दूसरा कॉलम हैगा अपना फोर टू जीरो, प्लस करना है आप ये बी ट्रांसपोज, तो बी ट्रांसपोज आप ये अपने को हैगा टू माइनस वन टू वन टू फोर। ठीक है हुण इन्हां दोनों नूं आपां कर देने हैं प्लस, वो अपने कोल की बनेगा थ्री प्लस टू, ये आ गया अपने कोल फाइव, फोर प्लस वन ये भी अपने कोल आ गया फाइव, अंडर रूट थ्री माइनस वन, अंडर रूट थ्री माइनस वन। ठीक है फिर टू प्लस टू ये आ गया अपने कोल फोर, टू प्लस टू ये भी अपने कोल आ गया फोर, जीरो प्लस फोर ये भी अपने कोल कितना आ गया फोर। हुण आप अपनी लेफ्ट हैंड साइड ते राइट हैंड साइड नूं कंपेयर करके देखते हैं बराबर बन रही है या नहीं। देखो लेफ्ट हैंड साइड का अपना की आया सीगा जिहड़ी फर्स्ट रो है वह की है फाइव फाइव, यदि फर्स्ट रो की है फाइव फाइव, हुण यदि सैकेंड रो की है अंडर रूट थ्री माइनस वन फोर, यदि सैकेंड रो देखते हैं वह की है अंडर रूट थ्री माइनस वन फोर, यदि फोर्थ रो की है फोर फोर, यदि फोर्थ रो देखते हैं फोर फोर, तो जेडे अपने को दोनों मैट्रिक्स है वह ही आए हैं अपने बराबर। ठीक है तो अपना प्रूफ हो गया, हैंस प्रूव्ड ए प्लस बी द होल ट्रांसपोज की दे इक्वल आ गया ए ट्रांसपोज प्लस बी ट्रांसपोज से, आप जो प्रूफ करना सी वो प्रूफ हो गया। थैंक यू बच्चों।